ਸੋ ਸਿੱਧੂ ਮੂਸੇਵਾਲੇ ਦੇ ਦੇਣ ਅੱਜ ਕੱਲੇ ਕਾਫੀ ਜ਼ਿਆਦਾ ਖਰਾਬ ਚੱਲ ਰਹੇ ਨੇ ਸੋ ਅੱਗੇ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਵਾਲਾ ਜਿਸ ਨੂੰ ਦੇ ਕੇ ਸ਼ਾਇਦ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਸਿੱਧੂ ਦੇ ਨਾਲ ਇਹ ਕੁਝ ਵੀ ਹੋ ਰਿਹਾ ਜਦੋਂ ਤੋਂ ਹੀ ਸਿੱਧੂ ਮੂਸੇਵਾਲੇ ਨੇ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ ਹੈ ਲੋਕਾਂ ਦੇ ਦਿਲਾਂ ਦੇ ਵਿੱਚ ਉਸ ਦੇ ਲਈ ਰਿਸਪੈਕਟ ਜਿਹੜੀ ਆ ਬਹੁਤ ਜ਼ਿਆਦਾ ਘਟ ਹੋ ਗਈ ਹੈ ਇਸ ਜਿਹਦਾ ਫਾਇਦਾ ਚੱਕ ਕੇ ਇਹ ਵਾਲੀ ਵੀਡੀਓ ਨੂੰ ਕਾਫੀ ਜ਼ਿਆਦਾ ਵਾਇਰਲ ਕੀਤਾ ਜਾ ਰਿਹਾ ਜਿਸ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਸਿੱਧੂ ਮੂਸੇਵਾਲੇ ਦੀ ਗੁਰੂ ਘਰ ਦੇ ਵਿੱਚ ਬੇਇੱਜ਼ਤੀ ਕੀਤੀ ਗਈ ਹੈ ਪਰ ਅਸਲ ਦੇ ਵਿੱਚ ਇਹ ਜਿਹੜੀ ਕਲਿੱਪ ਆ ਇਹ ਜੈਸ ਆਈ ਐਮ ਸਟੂਡੈਂਟ ਮੂਵੀ ਦੀ ਆ ਸੋ ਇੱਕ ਵਾਰ ਦੇਖਣ ਤੇ ਸ਼ਾਇਦ ਲੱਗਦਾ ਹੈ ਕਿ ਸ਼ਾਇਦ ਇਹ ਰੀਅਲ ਦੇ ਵਿੱਚ ਆ ਪਰ ਅਸਲ ਦੇ ਵਿੱਚ ਇਸ ਵੀਡੀਓ ਦੀ ਸੱਚਾਈ ਕੁਝ ਹੋਰ ਆ ਕਿਉਂਕਿ ਕਾਫੀ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਵਾਇਰਲ ਕਰਕੇ ਤੇ ਸਿੱਧੂ ਮੂਸੇਵਾਲੇ ਨੂੰ ਥੋੜਾ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਅਸਲ ਵੀਡੀਓ ਦੀ ਸੱਚਾਈ ਕੁਝ ਹੋਰ ਆ ਇਹ ਅਸਲ ਦੇ ਵਿੱਚ ਇੱਕ ਮੂਵੀ ਕਲਿੱਪ ਆ ਜੋ ਜੈਸ ਆਈ ਐਮ ਸਟੂਡੈਂਟ ਮੂਵੀ ਤੋਂ ਲਈ ਗਈ ਆ ਸੋ ਆਈ ਹੋਪ ਤਾਨੂੰ ਸਮਝ ਲੱਗਿਆ ਹੋਊਗਾ ਸੋ ਮਿਲਦੇ ਆਪਾਂ ਅਗਲੇ ਵੀਡੀਓ ਦੇ ਵਿੱਚ ਤਦ ਤੱਕ ਲਈ ਸਸਤਰੀਕਾਰ